ਕੀ ਕਰੀਏ ਇਸ ਬੰਦੇ ਦਾ, ਮੈਂ ਤੇ ਇਸ ਘਰ ਵਿੱਚ ਆ ਕੇ ਫਾਕੇ ਕੱਟ ਕੱਟ ਕੇ ਥੱਕ ਗਈ ਆ। ਅੱਜ 8 ਦਿਨ ਹੋ ਗਏ ਦਾਲ ਪਕਾਈ ਏ, ਦਾਲ ਮੁੱਠੀ ਖਾ ਖਾ ਕੇ ਮਰ ਗਏ ਆ, ਪਰ ਪਤਾ ਨਹੀਂ ਕਿੱਥੇ ਮਗਰੋਂ ਲੱਥ ਗਿਆ ਇਹ ਬੰਦਾ। ਹਾਂ ਨੂਰੀ ਤੂੰ ਸਹੀ ਆਂਦੀ ਪਈ ਏ ਤੇ ਸਹੀ ਕਹਿੰਦੀ ਪਈ ਆ, ਮੈਂ ਕਦੋਂ ਗਲਤ ਕਿਹਾ ਹੋਵੇ। ਇਹਨ ਖੁੱਟਾ ਬੇਹਦਿਆਤਾ ਇਹਨੇ ਲਾਰੇ ਲਾਏ ਨੇ ਕਿਹਾ, ਮੇਰੀਆਂ ਤੇ ਗੱਡੀਆਂ ਤੇ ਮੇਰੀਆਂ ਕੋਠੀਆਂ ਤੇ ਮੇਰੇ ਇੰਨੇ ਮਰੱਬੇ ਜ਼ਮੀਨ ਇੱਥੇ ਆ ਕੇ ਕੱਚੇ ਬਾਲੇ 'ਚ ਲਿਆ ਕੇ ਬਿਠਾ ਦਿੱਤਾ। ਇਸ ਬੰਦੇ ਦਾ ਬੰਦਾ ਕਰੇ ਤੇ ਕਰੇ ਕੀ, ਬਾਂਸਰੀ ਦੇ ਮੂੰਹ ਵਾਲਾ ਕਿੱਥੋਂ ਗਲਾ ਵੇਖਦਾ ਸੀ ਸਾਨੂੰ। ਇਹਨੇ ਮੈਨੂੰ ਵੀ ਲਾਰੇ ਲਾਏ ਸੀ। ਤੂੰ ਰਹਿ ਗਈ ਸੇਕੋ ਦੇ ਨਾਲ ਪਰਨੀਨ ਪਰਨੀਨ ਪਾ, ਤੂੰ ਵੀ ਪਰਨੀਚ ਕਿਆ ਗਿਆ ਕੱਟ, ਤੂੰ ਵੀ ਫਾਕੇ ਇੱਥੇ ਮੇਰੇ ਸਿਰ ਤੇ ਸੌਤਨ ਚੜ ਕੇ ਬੈਠੀ ਹੈ ਨਾ। ਮੈਨੂੰ ਪਤਾ ਸੀ। ਚਲੋ ਤੂੰ ਬਹਿ ਨਾ ਹੁਣ ਇੱਥੇ, 8 ਦਿਨਾਂ ਦੀ ਮੁੱਸੀ ਦਾਲ ਖਾ ਖਾ ਕੇ ਬੁਰੇ ਹਸ਼ਰ ਹੋਏ ਪਏ ਨੇ, ਪਰ ਉਹ ਬੰਦਾ ਮਜਾਲ ਹੈ ਜੋ ਬੰਦਾ ਹਾਲੇ ਘਰ ਪੈਰ ਪਾਉਂਦਾ ਪਿਆ। ਅੱਜ ਆ ਲਵੇ ਇਹਦੀਆਂ ਮੈਂ ਗੋਡੇ ਕੋਲ ਲੱਤਾਂ ਵੜ ਦੇਣੀਆਂ ਨੇ। ਕੰਮ ਚੋ ਕੰਮ ਅਸੀਂ ਆਪ ਹੀ ਕਮਾਉਣਾ, ਆਪ ਹੀ ਖਾ ਲੈਣਾ ਤੇ ਮੰਜੇ ਤੇ ਤਾਂ ਲੂਲਾ ਹੋ ਕੇ ਪਿਆ ਰਵੇਗਾ ਨਾ। ਅੱਜ ਆ ਲਵੇ ਜ਼ਰਾ ਇਹ ਘਰ, ਅੱਜ ਇਸ ਬੰਦੇ ਨਾਲ ਮੈਂ ਇੱਕ ਇੱਕ ਹੀ ਕਰ ਲੈਂਦੀ। ਵਾਲੇਕੁਮ ਸਲਾਮ ਬਾਜੀ, ਤੁਹਾਡੀ ਕੀ ਹਾਲ ਹੈ? ਠੀਕ ਆ, ਤੁਸੀਂ ਸੁਣਾਓ? ਤੂੰ ਵੀ ਠੀਕ ਹੈ ਬਾਜੀ? ਠੀਕ ਆ, ਤੂੰ ਸੁਣਾ। ਖੈਰ ਏ ਅੱਜ ਬਾਜੀ ਕਾਵੜੀ ਬੈਠੀ ਐ। ਕਾਵੜਾ ਨਾ ਤੇ ਕੀ ਕਰਾਂ, ਉਹਦਾ ਪੂਰਾ ਪਾ ਕੇ ਬੈਠੀ ਆ ਨਖੁੱਟੇ ਬੇਹਦ ਤੇ ਆਪਣੇ ਖਸਮ ਦਾ। ਉਹਨੂੰ ਨਹੀਂ ਪਤਾ ਇਹਨਾਂ ਨੇ ਕੁਛ ਖਾਧਾ ਹੈ, ਇਹਨਾਂ ਨੇ ਕੁਛ ਪੀਤਾ ਹੈ, ਕਿਵੇਂ ਰਹਿੰਦੀਆਂ ਪਈਆਂ ਨੇ। ਆਂਦਾ ਨਿਕੰਮਾ ਤੇ ਪੱਲਾ ਝਾੜ ਕੇ ਸੌ ਰਹਿੰਦਾ ਵੇ, ਉਹਦਾ ਅਸੀਂ ਸਿਆਪਾ ਕਰਕੇ ਬੈਠ ਗਿਆ ਬੇਹਦ ਤੇ ਦਾ। ਉਹਦੀ ਤਾਂ ਇਹ ਗੱਲ ਮੈਂ ਤੁਹਾਨੂੰ ਦੱਸਣ ਆਇਆ। ਕਿਹੜੀ ਹੁਣ ਦੱਸਣ ਆ ਗਿਆ, ਕਿਹੜੀ ਗੱਲ ਰਹਿ ਗਈ ਹੈ ਹੋਰ ਬਾਕੀ? ਉਹ ਨਾ ਕੁਰਸ਼ਾਈਦੀ ਨਾਲ ਬਾਗ ਵਿੱਚ ਪਿਆਰ ਦੇ ਭੀਗੇ ਜੁਟੇਂਦਾ ਵਾਦਾ। ਓਏ ਅੱਲਾ, ਇੰਨਾ ਗੁਨੇਗਾਰ ਅੱਖੀ ਨਾਲ ਵੇਖਿਆ ਤਾਂ ਕੀ ਆਖ ਸਕਦੇ ਸਾਨੂੰ? ਤੇ ਘਰ ਖਾਣ ਨੂੰ ਰੋਟੀ ਨਹੀਂ ਮਿਲਦੀ, ਕੁਰਸ਼ਾਈਦੀ ਉਹ ਮਸਲੀਆਂ ਵਾਲੀ। ਹਾਂਜੀ, ਮਸਲੀਆਂ ਦੀ ਛੋਏ ਲੈ ਲੱਗ ਗਈ ਪਤਾ ਡਬਲੀਏ ਹੁਣ ਆਪਣੇ ਇਸ਼ਕ ਦਾ ਤੇ ਪਿਆਰ ਦਾ ਇਹ ਇੰਤਜ਼ਾਮ ਹੁੰਦਾ ਹੈ। ਤੇ ਮੇਰੀ ਗੱਲ ਸੁਣ ਨੂਰੀ ਬਾਜੀ, ਜੇ ਲੋ ਪਿਆਰ ਦੀਆਂ ਪੀਂਗਾ ਪਾ ਰਹੇ ਹਾਂ ਨਾ, ਤੇ ਅਸੀਂ ਲੁਕ ਲੁਕ ਤੇ ਨਾ ਆਂਬ ਦੇ ਪਿੱਛੋਂ ਬਹਿ ਰਹੇ ਹਾਂ ਤੇ ਬੜੇ ਪਿਆਰ ਦੀਆਂ ਗੱਲਾਂ ਦੀਆਂ ਪਈਆਂ। ਉਹਨੂੰ ਆਦਾ ਪਿਆ ਕੁਰਸ਼ਾਈਦੀ, ਮੈਂ ਤੈਨੂੰ ਇਹ ਗੱਲ ਕਰਾਂ ਸਾਖਿਆ ਕਰ, ਜਿਹੜੇ ਮੇਰੀ ਮਾਂ ਦਾ ਕੰਗਣ ਆਈ ਹੈ ਕਿ ਜਿਹੜਾ ਉਸ ਮੈਂ ਦਿੱਤਾ ਹੈ, ਤੇ ਮੈਂ ਆਪਣੀ ਵੱਡੀ ਸਵਾਣੀ ਦਿੱਤਾ ਹੈ ਪਹਿਲੀ ਸਵਾਣੀ ਨੂੰ, ਉਹ ਕੰਗਣ ਮੈਂ ਆਪਣੀ ਦੂਈ ਸਵਾਣੀ ਨੂੰ ਦਿੱਤਾ ਤੇ ਸ਼ਾਦੀ ਕਰ ਲਈ। ਹੁਣ ਉਹ ਕੰਗਣ ਤੈਨੂੰ ਦੇ ਕੇ ਨਾ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ। ਅਗਰ ਤੁਹਾਡੇ ਕੋਲ ਉਹ ਕੰਗਣ ਪਿਆ ਹੈ ਨਾ, ਤੇ ਤੁਸੀਂ ਲੁਕਾ ਲਓ, ਉਸ ਗੰਦੇ ਦੇ ਹੱਥੀ ਨਾ ਚੜਨ ਦੀ ਵਿਆਹ ਹੈ। ਵੇ ਕਿਹੜਾ ਕੰਗਣ, ਇੱਕ ਕੰਗਣ ਹੈ ਸੀ ਇਹਦੇ ਕੋਲ ਜਿਹੜਾ ਇਹਨੇ ਮੈਨੂੰ ਵਿਆਹ ਕੇ ਲਿਆ ਤੇ ਮੈਨੂੰ ਇਹਨੇ ਕੰਗਣ ਪਾਇਆ। ਉਹ ਕੰਗਣ ਪਿਛਲੇ ਦਿਨਾਂ 'ਚ ਇਹਦੀ ਫੁੱਫੀ ਮਰਨ ਵਾਲੀ ਹੋ ਗਈ ਸੀ ਤੇ ਵੇਚ ਕੇ ਉਹਦੇ 'ਚ ਲਾ ਦਿੱਤਾ। ਹੁਣ ਤਾਂ ਸਾਡੇ ਘਰ ਲੋਹੇ ਦੀ ਚੂੜੀ ਵੀ ਨਹੀਂ ਪਈ ਤੇ ਕੰਗਣ ਦੀ ਗੱਲ ਕਰਦਾ ਹੈ ਉੱਥੇ ਬਹਿ ਕੇ। ਅਸਾਂ ਤਾਂ ਤੁਹਾਨੂੰ ਦੱਸਣਾ ਹੈ ਸਾਡਾ ਹੱਕ ਬਣਦਾ ਹੈ, ਦੱਸ ਦਿੱਤਾ ਦੁਆ ਨੂੰ। ਹਾਂ, ਅੱਗਾ ਹੁਣ ਤੁਹਾਡਾ ਕੰਮ ਹੈ, ਉਹਨੂੰ ਮਾਰੋ ਕੁੱਟੋ ਲੜੋ ਫਸਾਦ ਪਾਓ, ਸਾਡੀ ਟੈਨਸ਼ਨ ਮੁੱਕ ਗਈ। ਕੱਲ ਨੂੰ ਤੁਸੀਂ ਸੱਚ ਗਿੱਲਾ ਨਹੀਂ ਦੇ ਸਕਦੀ ਹੋ ਕਿ ਸਾਡੇ ਬਿਰਾਵਾਂ ਸਾਨੂੰ ਨਾ ਦੱਸਿਆ। ਹੁਣ ਸਾਂ ਵਹਿੰਦੇ ਇਹਨੂੰ ਵੇਖੋ, ਉੱਤੂ ਚੂਈ ਦਾ ਮੂੰਹ ਵਾਲਾ ਆ ਨਾ ਜਾਵੇ ਤੇ ਰੋਲਾ ਪੈ ਜਾਸੀ। ਇਹ ਹੁਣ ਤੁਸੀਂ ਆਪ ਉਹਨੂੰ ਸਮਝਾਉਣਾ। ਅਸਲਾਮ ਵਾਲੇਕੁਮ, ਚੱਲ ਜਵਾਨੀ ਬਿਰਾ ਚੱਲ 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 ਚੱਕੀ। ਤੇਰਾ ਤਾਂ ਭਰਾ ਵੀ ਲੁੱਧੇ ਨੇ ਮੋਏ, ਮੁਸੀਬਤ 'ਚ ਹੱਥ ਮਾਰਦਾ ਪਿਆ ਕੇ ਬੋਣਾ, ਆਪ ਵੀ ਬੋਣੀ ਤੇ ਬੋਣੇ ਦਾ ਟੱਬਰ ਸਾਰਾ ਇਕੱਠਾ ਹੋਇਆ। ਅੱਜ ਆ ਲਵੇ ਪਾਟੇ ਕੱਪੜੇ ਪਾ ਕੇ ਘਰ ਜਨਾਨੀਆਂ ਬੈਠੀਆਂ ਨੇ ਤੇ ਬਾਹਰ ਲੋਕਾਂ ਦੀਆਂ ਧੀਆਂ ਨੂੰ ਕੰਗਣ ਦੇਂਦਾ ਫਿਰਦਾ ਵੇ, ਪਤਾ ਨਹੀਂ ਹਜੇ ਦੀ ਸ਼ਕਲ ਹੋਵੇ ਤੇ ਕੀ ਕਰੇ ਐ। ਆ ਨੋਰੀ ਬਾਜੀ, ਆ ਨੋਰੀ ਬਾਜੀ, ਉਹ ਕੀ ਹੋਇਆ ਇਹ ਨਸ਼ਈ ਬਿਰਾ? ਮਾਇਆ ਇਹਨੇ ਪਾ ਤੋ ਬਾਜ ਬਾਜ ਤੇ ਆਇਆ। ਮੈਂ ਕਿਹਾ ਜਲਦੀ ਜਲਦੀ ਨੂਰੀ ਬਾਇਣ ਨੂੰ ਮੈਂ ਗੱਲ ਦੱਸਾਂ। ਕੀ ਹੋਇਆ ਧੀਏ?
ਗੱਲ ਇਹ ਹੋਈ ਹੈ ਵੀ ਜਿਹੜੀ ਤੂੰ ਬੱਕਰੀ ਨੇ ਲਈ ਆਏ ਜਿਹੜੀ ਮੇਰੀ ਅੰਮੀ ਮੈਨੂੰ ਇੱਥੇ ਬੱਕਰੀ ਦੇ ਗਈ ਸੀ ਹਾਂ ਕੀ ਹੋਇਆ ਉਹਨੂੰ ਪੈਸੇ ਤੋਂ ਦਿੱਤਿਆਂ ਤੇ ਮੈਂ ਬੱਕਰੀ ਲਾ ਆਉਂਦੀ ਆਏ ਹਾਂ ਹਾਂ ਉਹ ਜਿਹੜਾ ਤੇਰਾ ਮਰਦ ਨਹੀਂ ਹੈ ਘਰ ਵਾਲਾ ਤੇਰਾ ਉਹ ਆਦੀ ਸਵਾਣੀ ਕੁਰ ਸ਼ਹੀਦੀ ਨੂੰ ਉਸ ਬੱਕਰੀ ਦਿੱਤੀ ਚਾਹ ਤੇ ਉਹ ਆਗਾ ਸ਼ਹਿਰ ਲਾ ਗਿਆ ਨੂੰ ਕਸਾਈਆਂ ਵਾਲੇ ਫੱਟੇ ਤੇ ਮੋਇਆ ਤੇਰਾ ਖਾਨਾ ਖਰਾਬ ਹੋਏ ਸਵਾਣੀਆਂ ਤਸੀਂ ਆ ਦੋ ਹੁੰਦੀਆਂ ਬੈਠੀਆਂ ਉਹ ਬੇਹਦੈਤੀ ਹਰਮ ਦੀ ਉਹਦੀ ਮਸ਼ੂਕ ਹੈ ਉਹ ਮਸ਼ੂਕ ਬਣਾਈ ਫਿਰਦਾ ਹੈ ਤੇ ਉਸੇ ਮਸ਼ੂਕ ਨੂੰ ਦਿੱਤੀ ਐ ਸੋ ਤੇ ਉਹ ਆਗਾ ਜਾ ਤੇ ਕਸਾਈਆਂ ਵਾਲੇ ਫੱਟੇ ਤੇ ਝਾੜੀ ਖਾਲੀ ਹਲਾਲ ਹੋਈ ਪਈ ਐ ਗੋਸ਼ਤ ਹੁੰਦਾ ਵੀ ਕਸਾਈਆਂ ਵਾਲਾ ਉਹਨਾਂ ਨੇ ਹਲਾਲ ਕਰ ਦਿੱਤੀ ਐ ਹਾਂਜੀ ਤੇ ਮੈਂ ਜਾਣਦਾ ਪਿਆ ਹੁਣ ਮੇਰਾ ਸਲਾਮ ਹੀ ਨੇ ਮੇਰੀ ਤਾਂ ਬੱਕਰੀ ਦਾ ਨਿਸ਼ਾਨਾ ਖਰਾਬ ਕਰ ਛੱਡਿਆ ਲੈ ਅੱਜ ਇਹ ਬੰਦਾ ਘਰ ਆਵੇ ਇੰਦੀਆਂ ਵੀ ਮੈਂ ਬੋਟੀਆਂ ਬੋਟੀਆਂ ਕਰਕੇ ਨਾ ਬਾਜ਼ਾਰ ਵਿੱਚ ਵੇਚੀਆਂ ਤੇ ਮੇਰਾ ਨਾਂ ਵੀ ਨੂਰੀ ਨਹੀਂ ਇਹ ਅੱਜ ਆ ਲਵੇ ਨੂਰੀ ਜਦੋਂ ਮੈਨੂੰ ਵਿਆਹ ਕੇ ਲੈ ਆਇਆ ਸੀ ਨਾ ਹੱਥ ਵਿੱਚ ਤਸਬੀਹ ਸੀ ਮੌਲਵੀਆਂ ਦੀ ਗੱਲਾਂ ਕਰਦਾ ਸੀ ਅੱਲਾ ਅੱਲਾ ਕਰਦਾ ਸੀ ਤੇ ਮੇਰੀ ਅੰਮੀ ਅਬੂ ਨੇ ਪਸੰਦ ਆ ਗਈ ਤੇ ਮੇਰੇ ਅੰਮੀ ਅਬੂ ਨੇ ਰਿਸ਼ਤਾ ਕਰ ਦਿੱਤਾ ਸਾਨੂੰ ਕੀ ਪਤਾ ਹਰਕਤਾਂ ਇਹਨੇ ਕਰਨੀਆਂ ਨੇ ਉੱਤੇ ਲੈ ਤੂੰ ਆਪਣੀ ਗੱਲ ਕਰਨੀ ਏ ਜਦੋਂ ਮੇਰੇ ਘਰ ਆਇਆ ਮੇਰਾ ਰਿਸ਼ਤਾ ਲੈਣ ਪਰੋ ਨਾ ਇਹ ਬੰਦਾ ਫਾਂਸੀ ਚੜਨ ਲੱਗਿਆ ਕਹਿੰਦਾ ਮੈਂ ਤੇ ਨੂਰੀ ਲਵਾਂਗਾ ਨਹੀਂ ਤਾਂ ਮੈਂ ਤੇ ਫਾਂਸੀ ਲੈ ਕੇ ਮਰਨਾ ਮੇਰੇ ਮਾਂ ਪਿਓ ਨੇ ਵਿਆਹ ਕਰ ਦਿੱਤਾ ਇਹਨੇ ਉਹ ਝੂਠ ਬੋਲੇ ਜੀ ਮੇਰੀ ਤਾਂ 5 ਮੁਰੱਬੇ ਜ਼ਮੀਨ ਮੇਰੀ ਕੋਠੀ ਮੇਰੀਆਂ ਗੱਡੀਆਂ ਮੇਰਾ ਬਿਜ਼ਨਸ ਮੇਰਾ ਬੈਂਕ ਬੈਲੈਂਸ ਇਹਨੇ ਇਹਨੇ ਝੂਠ ਬੋਲੇ ਤੇ ਜਿੱਲੇ ਮੈਂ ਵੇਚ ਕੇ ਆਈ ਇੱਥੇ ਅੱਗੋਂ ਮੇਰੀ ਭੈਣ ਕੱਚੀ ਝੁੱਗੀ ਦੇ ਵਿੱਚ ਮੰਜੀ ਸਮਝ ਆ ਗਈ ਏ ਫਿਰ ਚੁੱਪ ਕਰ ਗਈ ਭੈਣ ਕਿਆ ਮਾਂ ਪਿਓ ਦੀ ਇੱਜ਼ਤ ਏ ਮਾਂ ਪਿਓ ਦੀ ਲਾਜ ਰੱਖਣ ਦੀ ਪਰੋ ਇੱਥੇ ਜ਼ਲੀਲ ਹੁੰਦੀ ਪਈ ਆ ਨਹੀਂ ਤੇ ਇਹ ਮੁਰਦੇ ਦੀ ਕਿੰਨੀ ਕੁ ਜਾਨ ਏ ਇੱਕ ਕਸੁੰਨ ਮਾਰਾ ਦੂਜਾ ਸਾਣਾ ਏ ਇਹਨੂੰ ਮੇਰੇ ਅੱਲਾ ਮੈਂ ਕਿਹੜੀ ਅਜ਼ਾਬ ਵਿੱਚ ਫਸ ਗਈ ਆ ਅਸਲਾਮੁਅਲੈਕਮ ਪਤੀ ਜੀ ਚਾਚਾ ਖੈਰ ਹੋਵੇ ਤੁਸੀਂ ਕਿਵੇਂ ਕਿਵੇਂ ਮੈਂ ਕਿਹਾ ਚਲੋ ਭਤੀਜੀ ਨੂੰ ਮਿਲਿਆ ਵਾ ਥੋੜੀਆਂ ਖੁਸ਼ਖਬਰੀਆਂ ਵੀ ਸੁਣਾਇਆ ਵਾ ਕਿਹੜੀਆਂ ਖੁਸ਼ਖਬਰੀਆਂ ਚਾਚਾ ਖੈਰ ਹੋਵੇ ਜਿਹੜਾ ਤੂੰ ਦੁਲਾ ਪਰਨਾ ਕੇ ਲਿਆਂਦਾ ਨਾ ਜਿਹਦੀ ਤੂੰ ਤਾਰੀਫਾਂ ਕਰਦੀ ਸੀ ਹੈ ਇਹ ਮੁਰੱਬਿਆਂ ਦਾ ਮਾਲਕ ਹੈ ਗੱਡੀਆਂ ਦਾ ਮਾਲਕ ਹੈ ਸ਼ਰਮ ਆਉਂਦੀ ਹੈ ਮੈਨੂੰ ਕਹਿੰਦੇ ਬਾਕੀ ਉਹ ਗੱਡੀਆਂ 'ਚ ਮੰਗਦਾ ਫਿਰਦਾ ਹੈ ਹਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਐਡਾ ਭੈੜਾ ਮੂੰਹ ਕਰਕੇ ਮੰਗਦਾ ਫਿਰਦਾ ਅੱਲਾ ਦੇ ਨਾਂ ਤੇ ਦੇ ਦੇ ਮੇਰਾ ਕੋਈ ਵੀ ਨਹੀਂ ਹੈਗਾ ਅੱਗੇ ਪਿੱਛੇ ਉਹ ਜਿਹੜੇ ਨਹੀਂ ਦੇਣ ਵਾਲੇ ਖਰਾਤ ਉਹ ਵੀ ਹੁਣ ਦਿੱਤੀ ਜਾਂਦੇ ਨੇ ਇਹ ਹਾਲਾਤ ਹੋਏ ਪਏ ਨੇ ਇਹ ਹੈ ਆਪਣੀ ਪਸੰਦ ਦੀ ਸ਼ਾਦੀ ਦਾ ਨਤੀਜਾ ਉਹਦਾ ਗੋਲਾ ਪਸ਼ੂਆ ਪਕੜ ਮੇਰੀ ਕਿਹੜੀ ਪਸੰਦ ਸੀ ਚਾਚਾ ਤੇ ਤੂੰ ਹੀ ਤਾਂ ਕਹਿੰਦੀ ਸੀ ਨਾ ਚਾਚਾ ਜਦੋਂ ਰਿਸ਼ਤਾ ਲੈਣ ਆਇਆ ਤੁਹਾਡੀ ਲੱਜ ਮੈਂ ਰੱਖੀਏ ਮੈਨੂੰ ਤੁਸੀਂ ਕਿਹਾ ਮੈਂ ਤੁਹਾਨੂੰ ਕੀ ਕਹਿੰਦੀ ਸੀ ਚਾਚਾ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਤੁਸੀਂ ਪਰਖ ਲਵੋ ਤੁਸੀਂ ਕਿਹਾ ਨਹੀਂ ਮੇਰੀ ਧੀ ਉਹਦੇ ਬੰਗਲੇ ਉਹਦੀਆਂ ਕੋਠੀਆਂ ਉਹਦੇ ਘਰ ਮੈਂ ਇੱਥੇ ਆ ਗਈ ਮੈਂ ਇੱਥੋਂ ਜਾਂਦੀ ਸੀ ਜਾ ਕੇ ਤੁਹਾਨੂੰ ਕਹਿੰਦੀ ਸੀ ਮੈਂ ਤੇ ਬੱਕਰੇ ਖਾਂਦੀ ਹਾਂ ਮੈਂ ਤੇ ਕੱਟੇ ਖਾਂਦੀ ਹਾਂ ਮੈਂ ਤੇ ਸ਼ਵਾਰਮੇ ਬਰਗਰ ਖਾਂਦੀ ਹਾਂ ਪਰ ਚਾਚਾ ਹਕੀਕਤ ਇਹ ਹੈ ਕਿ ਤੁਹਾਡੀ ਲੱਜ ਰੱਖਣ ਦੀ ਪਰੋ ਅੱਜ ਦਿਨ ਤੱਕ ਤੁਹਾਡੇ ਨਾਲ ਜਾ ਕੇ ਕੋਈ ਗੱਲ ਨਹੀਂ ਕੀਤੀ ਇਹ ਮੁੱਸੀ ਦਾਲ 8 ਦਿਨ ਦੀ ਜਿਹੜੀ ਸਾਡੇ ਘਰ ਪਈ ਹੈ ਜਿਹੜੀ ਅਸੀਂ ਹਾਲੇ ਤੱਕ ਖਾਂਦੇ ਪਏ ਹਾਂ ਕੀ ਕਿਹਾ ਵੀ ਮੈਂ ਉਹਦੀ ਤਾਰੀਫਾਂ ਕੀਤੀਆਂ ਨੇ ਮੈਂ ਤਾਰੀਫਾਂ ਨਹੀਂ ਕੀਤੀਆਂ ਤੂੰ ਪਹਿਲੇ ਕਹਿੰਦੀ ਸੀ ਇਹ ਸ਼ਰੀਫ ਵੀ ਹੈ ਮਾਲਦਾਰ ਵੀ ਹੈ ਚਲੋ ਮੈਂ ਇਹਦੇ ਘਰ ਖੁਸ਼ ਵਸ ਲਾਂਗੀ ਮੇਰਾ ਵਿਆਹ ਇਸ ਨਾਲ ਕਰ ਦੇ ਅਸੀਂ ਕਰ ਦਿੱਤਾ ਉਹ ਅਸਲੀਅਤ ਇਹਦੀ ਹੁਣ ਨਿਕਲ ਰਹੀ ਹੈ ਮੇਰੀ ਗੱਲ ਸੁਣ ਉਹ ਹੁਣ ਅਗਰ ਉੱਤਾ ਚੱਕੀਏ ਨਾ ਉਹ ਸਾਡਾ ਨੱਕ ਨਹੀਂ ਰਹਿੰਦਾ ਮੈਂ ਤਾਂ ਕਹਿੰਦਾ ਚੁੱਪ ਕਰਕੇ ਤਲਾਕ ਲੈ ਲਾ ਤੂੰ ਆ ਜਾ ਘਰ ਮੈਂ ਕੋਈ ਹੋਰ ਅੱਛਾ ਜਿਹਾ ਰਿਸ਼ਤਾ ਦੇਖ ਕੇ ਤੇਰਾ ਵਿਆਹ ਕਰ ਦਿੰਦਾ ਨਾ ਚਾਚਾ ਨਾ ਕਿਉਂ
ਮੈਂ ਤਲਾਕ ਨਹੀਂ ਲਵਾਂਗੀ। ਮੇਰੀ ਇਹੋ ਜਿਹੀ ਤਰਬੀਅਤ ਨਹੀਂ, ਨਾ ਮੇਰੇ ਮਾਂ ਪਿਓ ਨੇ ਮੇਰੀ ਇਹੋ ਜਿਹੀ ਤਰਬੀਅਤ ਕੀਤੀ ਹੈ। ਮੈਂ ਇੱਥੇ ਆ ਗਈ ਹਾਂ, ਇਸ ਜਗ੍ਹਾ 'ਤੇ ਮੇਰੀ ਡੋਲੀ ਆਈ ਹੈ, ਇਸ ਘਰ 'ਚ ਮੇਰਾ ਜਨਾਜ਼ਾ ਜਾਏਗਾ। ਮੈਂ ਹੁਣ ਭਾਵੇਂ ਭੁੱਖੀ ਰਵਾਂ ਤੱਸੀ ਰਵਾਂ, ਮੈਂ ਜ਼ਿੰਦਗੀ ਦਾ ਗੁਜ਼ਾਰਾ ਇੱਥੇ ਹੀ ਕਰਾਂਗੀ ਚਾਚਾ। ਚਲੋ ਜੀ ਠੀਕ ਹੈ ਮੇਰਾ ਪੁੱਤ, ਹੁਣ ਤੂੰ ਆਪਣਾ ਘਰ ਵਸਾ ਜਿਵੇਂ ਵਸਾਉਣਾ, ਮੈਂ ਚੱਲਿਆ ਫਿਰ, ਜਿੱਥੇ ਤੂੰ ਖੁਸ਼ ਸਾਨੂੰ ਕੋਈ ਇਤਰਾਜ਼ ਨਹੀਂ। ਅੱਲਾ ਹਾਫਿਜ਼। ਲੈ ਅੱਜ ਮੈਂ ਸਾਰੇ ਖਾਨਦਾਨ ਸਾਰੇ ਰਿਸ਼ਤੇਦਾਰਾਂ 'ਚੋਂ ਵੀ ਕੱਟੀ ਗਈ। ਮੈਂ ਖਾਨਦਾਨ ਦੇ ਵਿੱਚ ਮੂੰਹ ਵਿਖਾਣ ਦੇ ਕਾਬਿਲ ਨਹੀਂ ਰਹੀ। ਮੈਨੂੰ ਖਾਨਦਾਨ ਵਾਲੇ ਕੀ ਕਹਿਣਗੇ ਕਿ ਨੂਰੀ ਦਾ ਬੰਦਾ ਬੱਸਾਂ ਵਿੱਚ ਭੀਖ ਮੰਗਦਾ? ਨਹੀਂ ਇਹ ਨਹੀਂ ਹੋ ਸਕਦਾ, ਇਹ ਐਵੇਂ ਨਹੀਂ ਕਰ ਸਕਦਾ। ਹੁਣ ਮੈਂ ਕਰਾਂਗੀ ਤੇ ਜਾਵਾਂ ਕਿਹੜੇ ਪਾਸੇ? ਓ ਮੇਰੀ ਦੀ, ਹੁਣ ਤੂੰ ਇੱਥੇ ਖੁਸ਼ ਬੈਠੀ ਹੈ? ਓਏ ਆਪਣਾ ਘਰ ਆਈ ਪਿਆ ਚੰਗਾ ਭਲਾ, ਉਹ ਮੱਝਾਂ ਹਨ ਕਾਵਾਂ ਹਨ, ਤੂੰ ਇਸ ਬੰਦੇ ਦੇ ਮਗਰ ਆ ਕੇ ਆਪਣੀ ਜ਼ਿੰਦਗੀ ਤਬਾਹ ਕੀਤੀ ਆਈ ਹੈ। ਹੁਣ ਰੋ ਨਾ, ਉਹਲੇ ਤੂੰ ਆਪਣੇ ਦਿਲ ਦਾ ਮਰਜ਼ੀ ਕੀਤੀ ਆਈ, ਮੈਂ ਇਸੇ ਨਾਲ ਸ਼ਾਦੀ ਕਰਨੀ, ਇਸੇ ਨਾਲ ਸ਼ਾਦੀ ਕਰਨੀ ਹੈ, ਹੁਣ ਤੂੰ ਰੋਨੀ ਹੈ? ਹੁਣ ਰੋ ਨਾ, ਚੁੱਪ ਕਰ ਜਾ। ਮੇਰੀ ਜ਼ੋਜੇ ਮੁਹਤਰਮੋ ਕਾ ਮਿਜ਼ਾਜ ਕੈਸਾ ਹੈ? ਤੁਸੀਂ ਆਪਣੀ ਬਕਵਾਸ ਬੰਦ ਰੱਖੋ, ਸਮਝ ਆ ਗਈ? ਸੁਬਾ ਤੋਂ ਲੈ ਕੇ ਸ਼ਾਮ ਤੱਕ ਹੁਣ ਅਗਰ ਘਰ ਮੋੜੇ ਆਏ ਜੇ ਨਾ, ਤੇ ਹੁਣ ਬਿਲਾ ਵਜ੍ਹਾ ਬਕਵਾਸ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੇ ਨਾਲ ਇੱਥੇ ਆ ਕੇ। ਜੇ ਸਾਡੇ ਘਰ ਗਲ 'ਚ ਫੁੱਲਾਂ ਦੇ ਹਾਰ ਪਾਈ ਗਲਿਓ ਨਾ, ਨਾ ਪਾਓ ਤੁਸੀਂ। ਬੱਕਰੀ ਕਿੱਥੇ ਆ ਮੇਰੀ? ਤੁਹਾਡੀ ਬੱਕਰੀ ਪੱਠਿਆਂ ਚਲਦੀ ਵਧੀ ਹੋ ਸੀ। ਮੈਂ ਪੁੱਛਿਆ ਬੱਕਰੀ ਕਿੱਥੇ ਆ? ਬੱਕਰੀ ਵੇਚ ਕੇ ਉਹ ਚਬਲ ਔਰਤ ਨੂੰ ਜਾ ਕੇ ਦੇ ਦਿੱਤੀ ਹੂ? ਕਿਹੜੀ ਚਬਲ ਔਰਤ? ਕੁਛ ਕੁਰਸ਼ਾਦੀ ਮੁਸੱਲਣ। ਬੱਸਾਂ ਦੀ ਭੀਖ ਕਿੱਥੇ? ਤੇ ਬੱਸਾਂ ਵਾਲੀ ਭੀਖ ਕਿੱਥੇ ਆ ਜਿਹੜੀ ਉਹਦੇ ਪਿੱਛੇ ਮੰਗਦਾ ਫਿਰਦਾ ਸੀ, ਉਹ ਕਿੱਥੇ ਆ? ਤੁਹਾਨੂੰ ਯਕੀਨ ਕਿਵੇਂ ਹੋ ਗਈ ਹੈ ਕਿ ਮੈਂ ਬੱਸਾਂ 'ਚ ਭੀਖ ਮੰਗਦਾ? ਨਾ ਤੈਨੂੰ ਘਰ ਦੀ ਪਰਵਾਹ ਨੂਰ ਨਜ਼ੀਰ, ਨਾ ਤੈਨੂੰ ਖਾਣ ਦੀ ਪਰਵਾਹ, ਨਾ ਤੈਨੂੰ ਪੀਣ ਦੀ ਪਰਵਾਹ। ਅਸੀਂ ਦੋਵੇਂ ਜਣੀਆਂ ਘਰ ਭੁੱਖੀਆਂ ਪਈਏ ਤਸੀਆਂ ਪਈਏ, ਤੈਨੂੰ ਜ਼ਰਾ ਫਿਕਰ ਨਹੀਂ ਹੈ? ਇਹੋ ਜਿਹੇ ਬੰਦੇ ਨੂੰ ਤੇ ਅੱਗ ਲਾ ਕੇ ਬੰਦਾ ਸੱਟ ਦੇਵੇ ਤੇ ਉਹ ਚੰਗਾ ਹੈ, ਸਾਡੇ ਮਗਰੋਂ ਹੀ ਲੱਥਦਾ ਤੇ ਉਹ ਬਿਹਤਰ ਹੈ। ਕਨਰ ਤੁਸਾਂ ਭੁੱਖੀਆਂ ਸੁਤੀਆਂ, ਇਹ 8 ਦਿਨਾਂ ਦੀ ਦਾਲ ਬਣੀ ਪਈ ਹੈ, ਇਹੀ ਖਾ ਖਾ ਕੇ ਮਰੇ ਪਏ ਆ। ਤੂੰ ਇੱਧਰ ਆ ਨਾ, ਇੱਧਰ ਆ ਨਾ, ਸਾਰੀਆਂ ਗੱਲਾਂ ਛੱਡ, ਤੂੰ ਇਹ ਦੱਸ ਕੁਰਸ਼ਾਦੀ ਕੌਣ ਹੈ? ਕੌਣ ਹੈ ਕੁਰਸ਼ਾਦੀ, ਇਹ ਦੱਸ ਮੈਨੂੰ। ਮੈਨੂੰ ਮੈਂ ਤੈਨੂੰ ਕਹਿੰਦੀ ਆ ਕੁਰਸ਼ਾਦੀ ਦੱਸ, ਕੁਰਸ਼ਾਦੀ ਕੌਣ ਹੈ? ਮੈਂ ਕੁਰਸ਼ਾਦੀ ਦੱਸ, ਕੁਰਸ਼ਾਦੀ ਕੌਣ ਹੈ? ਕੁਰਸ਼ਾਦੀ ਦੱਸ, ਕੀ ਚੱਕਰ ਹੈ ਤੇਰਾ ਕੁਰਸ਼ਾਦੀ ਨਾਲ? ਕੀ ਚੱਕਰ ਹੈ? ਦੱਸ ਦੱਸ ਦੱਸ, ਕੁਰਸ਼ਾਦੀ ਕੌਣ ਹੈ? ਕੌਣ ਕੁਰਸ਼ਾਦੀ ਦੱਸ, ਮੈਂ ਕੁਰਸ਼ਾਦੀ ਕੌਣ ਹੈ? ਕੁਰਸ਼ਾਦੀ ਕੌਣ ਹੈ ਦੱਸ, ਕੁਰਸ਼ਾਦੀ ਦੱਸ, ਤੈਨੂੰ ਕਹਿੰਦੀ ਆ ਕੁਰਸ਼ਾਦੀ ਕੌਣ ਹੈ? ਚੰਗਾ ਮੈਂ ਤਾਂ ਕਹਿੰਦੀ ਮਾਰੀ ਜਾਵੇ ਤੇ ਜਾਨ ਛੁੱਟੇ ਇਹੋ ਜਿਹੇ ਬੰਦੇ ਨਾਲ, ਤੇ ਇੱਧਰ ਰੰਡੀਆਂ ਹੀ ਠੀਕ ਆ। ਨੂਰੀ ਇਹ ਕੀ ਹੋ ਗਿਆ ਇਹਨੂੰ? ਇਹ ਮਰ ਗਿਆ ਮੈਨੂੰ ਲੱਗਦਾ। ਉਹ ਕੀ ਹੋਇਆ ਈ? ਹਾਏ ਓਏ ਹਾਏ ਓ ਉਹ ਜਿਲ ਦੇ ਬੱਚੇ, ਤੇਰਾ ਬਹੁਤਾ ਲੱਗਦਾ ਕੁਛ, ਤੇਰਾ ਬਹੁਤਾ ਕੁਛ ਲੱਗਦਾ, ਰਹਿਣ ਤੇਰਾ ਬਹੁਤਾ। ਨਿਕਲੇ ਚੱਲ, ਨਿਕਲੇ ਚੱਲ, ਨਿਕਲੇ ਚੱਲ।